ਵੈਲਕਮ ਟੂ ਖੰਨਾ ਨਿਊਜ਼ ਲਾਈਵ। ਬੀਤੀ ਰਾਤ ਸਮਰਾਲਾ ਦੇ ਨੇੜਲੇ ਪਿੰਡ ਸ਼ਮਸ਼ਪੁਰ ਕੋਲ ਇੱਕ ਦਰਦਨਾਕ ਹਾਦਸਾ ਹੋਇਆ, ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ I-20 ਕਾਰ ਗੱਡੀ ਵਿੱਚ ਸਵਾਰ ਦੋ ਨੌਜਵਾਨ ਪਾਇਲ ਬੀਜਾ ਰੋਡ ਤੋਂ ਹੁੰਦੇ ਹੋਏ ਸਮਰਾਲਾ ਨੂੰ ਜਾ ਰਹੇ ਸਨ ਤਾਂ ਪਿੰਡ ਸ਼ਮਸ਼ਪੁਰ ਦੇ ਕੋਲ ਅਵਾਰਾ ਪਸ਼ੂ ਗੱਡੀ ਦੇ ਸਾਹਮਣੇ ਆ ਗਏ, ਜਿਸ ਕਾਰਨ ਗੱਡੀ ਬੇਕਾਬੂ ਹੋ ਕੇ ਦਰਖਤ ਦੇ ਨਾਲ ਜਾ ਟਕਰਾਈ। ਇਸ ਦੌਰਾਨ ਕਾਰ ਦੀ ਪਿਛਲੀ ਸੀਟ ਤੇ ਬੈਠੇ ਨੌਜਵਾਨ ਸੰਜੇ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਕਾਰ ਚਾਲਕ ਅਰਸ਼ਦੀਪ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਅਤੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ PGI ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਦੇ ਦੋਸਤ ਗੁਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਅਵਾਰਾ ਪਸ਼ੂਆਂ ਦੇ ਉੱਪਰ ਸਰਕਾਰ ਨੂੰ ਨੱਥ ਪਾਉਣੀ ਚਾਹੀਦੀ ਹੈ। ਅਵਾਰਾ ਪਸ਼ੂਆਂ ਦੇ ਕਾਰਨ ਉਸਦੇ ਦੋਸਤ ਦੀ ਮੌਕੇ ਤੇ ਹੀ ਮੌਤ ਹੋ ਗਈ, ਜਿਸ ਕਾਰਨ ਉਸਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ, ਪਿੰਡ ਸ਼ੇਰਪੁਰ ਬੇਟ ਹੈ ਜੀ। ਹਾਂਜੀ ਹਾਂਜੀ, ਰਾਤੀ ਮੈਨੂੰ ਸਵੇਰੇ ਭਾਅ ਜੀ ਕਾਲ ਆਈ ਕਿਸੇ ਪੁਲਿਸ ਮੁਲਾਜ਼ਮ ਜੀ ਇੱਦਾਂ ਇੱਦਾਂ ਕਰਕੇ ਕਿ ਸਮਰਾਲਾ 'ਚ ਐਕਸੀਡੈਂਟ ਹੋਇਆ ਜੀ ਚਾਵਾ ਰੋਡ 'ਤੇ, ਅਤੇ ਮੈਂ ਤੁਰੰਤ ਸਮਰਾਲਾ ਸਰਕਾਰੀ ਹਸਪਤਾਲ 'ਚ ਪਹੁੰਚਿਆ, ਜਿੱਥੇ ਜਾ ਕੇ ਮੈਂ ਦੇਖਿਆ ਕਿ ਮੇਰਾ ਦੋਸਤ ਸੰਜੇ ਕੁਮਾਰ ਉਮਰ ਤਕਰੀਬਨ 33 ਤੋਂ 34 ਸਾਲ ਜਿਹਦੀ ਕਿ ਮੌਕੇ 'ਤੇ ਡੈਥ ਹੋ ਗਈ, ਅਤੇ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਆ ਕੇ ਮੈਂ ਇਹ ਚੀਜ਼ ਦੇਖਿਆ ਸਾਰਾ ਹਿਸਾਬ ਤਾਂ। ਕਿੰਨੇ ਜਣੇ ਸੀਗੇ ਉਸ ਟਾਈਮ? ਇਹ ਦੱਸਿਆ ਜਾ ਰਿਹਾ ਕਿ 2 ਜਣੇ ਸੀਗੇ ਜੀ, ਰਾਤ ਤਕਰੀਬਨ ਅੱਧੀ ਰਾਤ ਦਾ ਸਮਾਂ ਸੀ, ਇਹ ਜਾ ਰਹੇ ਸੀਗੇ ਚਾਵਾ ਰੋਡ ਦੇ ਉੱਤੇ, ਅਚਾਨਕ ਕੋਈ ਜਾਨਵਰ ਇਹਨਾਂ ਦੀ ਗੱਡੀ ਦੇ ਮੂਹਰੇ ਆ ਗਿਆ ਜੀ, ਅਤੇ ਗੱਡੀ ਆਊਟ ਆਫ ਕੰਟਰੋਲ ਹੋ ਗਈ ਤਾਂ ਗੱਡੀ ਜਾ ਕੇ ਅੱਗੇ ਪੇੜ ਦੇ ਵਿੱਚ ਲੱਗੀ, ਜਿਸਦੇ ਵਿੱਚ ਕਿ ਸੰਜੇ ਕੁਮਾਰ ਦੀ ਮੌਕੇ 'ਤੇ ਮੌਤ ਹੋ ਗਈ, ਅਤੇ ਜਿਹੜਾ ਦੂਸਰਾ ਮਿੱਤਰ ਹੈ ਇਹ ਬੈਂਕ ਦੇ ਵਿੱਚ ਮੈਨੇਜਰ ਸੀ ਜੀ। ਜਿਹੜਾ ਦੋਸਤ ਸੀਗਾ ਚਾਵਾ ਰੋਡ 'ਤੇ, ਇਹਦਾ ਮਿੱਤਰ ਸੀ, ਕੋਈ ਸਟੂਡੈਂਟ ਸੀਗਾ ਜੀ, ਉਹ ਵੀ ਮਤਲਬ ਗੰਭੀਰ ਹਾਲਤ 'ਚ ਆ, PGI ਐਡਮਿੰਟ ਆ ਜੀ, ਉਹਨਾਂ ਦੇ ਵੀ ਚੋਟ ਲੱਗੀ ਹੈ ਕਾਫੀ ਜ਼ਿਆਦਾ। ਮੰਗ ਤਾਂ ਕੁਛ ਨਹੀਂ ਜੀ, ਬਸ ਜੋ ਹੋਊਗਾ ਉਹਨੂੰ। ਹਾਂਜੀ, ਮੰਗ ਤਾਂ ਕੋਈ ਨਹੀਂ, ਜਿਵੇਂ ਅਵਾਰਾ ਪਸ਼ੂ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਹੈ, ਜਿਸ ਕਰਕੇ ਜਿਵੇਂ ਗੱਲ ਵੀ ਪਸ਼ੂਆਂ ਦੇ ਕਰਕੇ ਸਾਡੇ ਇੱਕ ਸੱਜਣ ਮਿੱਤਰ ਦੀ ਮੌਤ ਹੋ ਗਈ ਹੈ, ਜਿਹੜਾ ਬਹੁਤ ਹੀ ਬੀਬਾ ਬੰਦਾ ਸੀਗਾ ਜੀ, ਕੁਆਰਾ ਸੀਗਾ ਮਿੱਤਰ, ਅਤੇ ਅਸੀਂ ਤਾਂ ਇਹੀ ਕਰਦੇ ਪ੍ਰਸ਼ਾਸਨ ਜਿਹੜੇ ਅਵਾਰਾ ਪਸ਼ੂ ਫਿਰਦੇ ਨੇ ਜ਼ਿਆਦਾ ਉਹਨਾਂ 'ਤੇ ਕੰਟਰੋਲ ਕੀਤਾ ਜਾਵੇ, ਤਾਂ ਜੋ ਕਿ ਜੋ ਹਾਦਸਾ ਸਾਡੇ ਮਿੱਤਰ ਨਾਲ ਹੋਇਆ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਹੋਰ ਬੰਦੇ ਦੀ ਮੌਤ ਦਾ ਕਾਰਨ ਨਾ ਬਣੇ। ਅੱਧੀ ਰਾਤ ਨੂੰ ਸਾਡੇ ਕੋਲ ਇੱਕ ਐਕਸੀਡੈਂਟ ਕੇਸ ਆਇਆ ਸੀ, ਉਹਦੇ ਵਿੱਚ 2 ਪੇਸ਼ੈਂਟ ਸੀਗੇ, ਇੱਕ ਪੇਸ਼ੈਂਟ ਡਰੱਗਡ ਸੀਗਾ ਸੰਜੇ ਕੁਮਾਰ, 37 ਸਾਲ ਉਮਰ ਸੀ ਉਸਦੀ, ਦੂਜਾ ਪੇਸ਼ੈਂਟ PGI ਰੈਫਰ ਕੀਤਾ ਆ, ਉਹ ਕਾਫੀ ਸੀਰੀਅਸ ਸੀਗਾ, 24 ਸਾਲ ਉਮਰ ਹੈ ਉਹਦੀ, ਅਰਸ਼ਦੀਪ ਸਿੰਘ ਸੰਜੇ ਕੁਮਾਰ ਬ੍ਰਾਂਡਡ ਸੀਗਾ, ਇਹ ਮੋਹਾਲੀ ਦੇ ਦੂਜਾ ਬੀਜਾ। ਇੱਕ ਸੰਜੇ ਕੁਮਾਰ ਤਾਂ ਬ੍ਰਾਂਡਡ ਹੀ ਸੀਗਾ, ਜਿਹੜਾ ਅਰਸ਼ਦੀਪ ਸਿੰਘ ਸੀਗਾ ਉਹ ਸੀਰੀਅਸ ਸੀਗਾ ਕਾਫੀ, ਉਹਨੂੰ ਰੈਫਰ ਕੀਤਾ PGI। ਐਕਸੀਡੈਂਟ ਕੇਸ ਕੀ ਮੈਟਰ? ਸਾਨੂੰ ਰਾਤ 3 ਵਜੇ ਸਾਨੂੰ ਫੋਨ ਆਇਆ ਜੀ ਵੀ ਇੱਦਾਂ ਕਰਕੇ ਸ਼ਮਸਪੁਰਾ ਚਾਵਾ ਰੋਡ 'ਤੇ ਇੱਕ ਐਕਸੀਡੈਂਟ ਹੋਇਆ ਜੀ। ਅਸੀਂ ਮੌਕੇ 'ਤੇ ਪਹੁੰਚੇ, ਜਦੋਂ ਅਸੀਂ ਮੌਕੇ 'ਤੇ ਪਹੁੰਚਿਆ ਤਾਂ ਗੱਡੀ I-20 ਦੇ ਵਿੱਚ 2 ਨੌਜਵਾਨ ਸੀਗੇ, ਜਿਹੜਾ ਡਰਾਈਵਰ ਸੀਗਾ ਉਹ ਜ਼ਿਆਦਾ ਸੀਰੀਅਸ ਸੀਗਾ, ਅਤੇ ਜਿਹੜਾ ਇੱਕ ਪਿੱਛੇ ਸੁੱਤਾ ਪਿਆ ਸੀਗਾ ਅਤੇ ਉਹ ਡੈਡ ਸੀਗਾ ਜੀ। ਅਸੀਂ ਫਿਰ ਉਹਨਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਅਸੀਂ ਬਾਹਰ ਕੱਢੇ ਜੀ, ਅਤੇ ਉਸਨੂੰ ਸਿਵਲ ਹਸਪਤਾਲ ਪ੍ਰਾਈਵੇਟ ਗੱਡੀ 'ਚ ਭੇਜ ਦਿੱਤਾ ਜੀ। ਬਾਕੀ ਜਿਹੜਾ ਸੀਗਾ ਦੂਸਰਾ ਸੰਜੇ ਕੁਮਾਰ ਜੀ ਉਹ ਡੈਡ ਸੀਗਾ, ਅਸੀਂ ਫਿਰ 108 ਐਂਬੂਲੈਂਸ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਉਹਦੀ ਡੈਡ ਬੋਡੀ ਭਜਾਈ ਹੈ ਜੀ। ਦੋਨਾਂ ਦੀ ਪਹਿਚਾਣ ਹੋ ਚੁੱਕੀ ਹੈ? ਹਾਂ, ਪਹਿਲਾਂ ਇਹ ਸੰਜੇ ਕੁਮਾਰ ਦੀ ਪਹਿਚਾਣ ਨਹੀਂ ਹੋਈ, ਸਵੇਰੇ ਜਦੋਂ ਪੜਤਾਲ ਹੋਈ ਤਾਂ ਫਿਰ ਪਤਾ ਲੱਗਿਆ ਸਾਨੂੰ ਵੀ ਇਹ ਸਮਰਾਲੇ ਦਾ ਰਹਿਣ ਵਾਲਾ ਜੀ।
ਤੇ ਦੂਸਰੇ ਮੁੰਡੇ ਦੇ ਕਿੰਨੀਆਂ ਸੱਟਾਂ ਨੇ ਜਿਹੜਾ ਨਾਲ? ਉਹ ਵੀ ਸੀਰੀਅਸ, ਬਹੁਤ ਸੀਰੀਅਸ, ਉਹਦੇ ਵੀ ਕਾਫੀ ਸੱਟਾਂ ਹੈ ਜੀ। ਉਹਦਾ ਕੀ ਨਾਮ ਹੈ, ਕਿੱਥੇ ਦਾ? ਹਰਸ਼ਦੀਪ ਹੈ, ਉਹ ਵਿਜੇ ਦਾ ਜੀ, ਵਿਜੇ। ਕੀ ਕਾਰਨ ਕੀ ਲੱਗਦਾ ਜਿਹੜਾ ਐਕਸੀਡੈਂਟ ਹੋਇਆ, ਕਿਸ ਤਰ੍ਹਾਂ ਹੋਇਆ? ਇਹ ਤਾਂ ਜੀ ਕੋਈ ਸਾਨੂੰ ਉੱਥੇ ਪਤਾ ਲੱਗਿਆ ਮਾੜਾ ਮੋਟਾ ਵੀ ਕੋਈ ਜਾਨਵਰ ਅੱਗੇ ਗਊ ਆਉਣ ਕਰਕੇ ਹੀ ਹੋ ਗਿਆ ਜੀ ਇਹ ਐਕਸੀਡੈਂਟ, ਅਤੇ ਗੱਡੀ ਦਰਖਤ 'ਚ ਵੱਜੀ ਹੈ ਜੀ। ਕਿਹੜੀ ਗੱਡੀ ਸੀ? I-20 ਗੱਡੀ ਸੀ। ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਧੀਮਾਨ ਦੀ ਖਾਸ ਰਿਪੋਰਟ।